ਅੱਜ ਆਪਾਂ ਪਹੁੰਚੇ ਹਾਂ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਤਖਤਪੁਰਾ ਸਾਹਿਬ ਦੇ ਵਿੱਚ, ਤੇ ਅੱਜ ਆਪਾਂ ਕਰਾਂਗੇ ਦਿਲ ਦੀਆਂ ਗੱਲਾਂ ਸਾਂਝੀਆਂ ਮਸ਼ਹੂਰ ਪੰਜਾਬੀ ਲੋਕ ਗਾਇਕ ਅਮਰ ਇਕਬਾਲ ਦੇ ਨਾਲ। ਮੁਹੰਮਦ ਸਦੀਕ, ਰਣਜੀਤ ਕੌਰ ਵਰਗੇ ਕਲਾਕਾਰਾਂ ਤੋਂ ਬਾਅਦ ਦੋਗਾਣਾ ਗਾਇਕੀ ਨੂੰ ਇੱਕ ਨਵੀਆਂ ਪਿਰਤਾਂ ਤੇ ਲੈ ਕੇ ਜਾਣ ਵਾਲਾ ਅਮਰ ਇਕਬਾਲ ਤਖਤਪੁਰਾ ਸਾਹਿਬ ਦੀ ਧਰਤੀ ਦਾ ਰਹਿਣ ਵਾਲਾ ਹੈ। ਤੇ ਆਓ ਫਿਰ ਕਰਦੇ ਹਾਂ ਗੱਲਬਾਤ ਅਮਰ ਇਕਬਾਲ ਦੇ ਨਾਲ ਤੇ ਜਾਣਦੇ ਹਾਂ ਉਸਦੇ ਦਿਲ। ਬਾਈ ਜੀ, ਉਹ ਇੱਕ ਗੀਤ ਸੁਣਾਓ ਜਿਹੜਾ ਤੁਹਾਡਾ ਆਇਆ ਸੀ, ਕੰਮ ਕੀ ਜਮੂਰ ਦਾ ਜੇ ਮੇਖ ਨੇ ਪੱਟ। ਕਿਆ ਬਾਤ ਆ, ਬੜਾ ਪਿਆਰਾ ਗਾਣਾ। ਉਹ ਭਾਬੀ ਪਿਆਰੀ, ਇਹਨੇ ਕੀਤੀ ਕਿਹੜੀ ਗੱਲ, ਕਿਹੜਾ ਇਹ ਸਵਾਲ ਜੀ ਦਾ ਲੱਭਦਾ ਨੀ ਹੱਲ। ਉਹ ਲੱਕੜ ਚ ਕਿੱਲ ਹੀ ਕਿਉਂ ਨਾ ਹੋਵੇ ਜੱਟੀ, ਲੱਕੜ ਚ ਕਿੱਲ ਹੀ ਕਿਉਂ ਨਾ ਹੋਵੇ ਜੱਟੀ, ਕੰਮ ਕੀ ਜਮੂਰ ਦਾ ਜੇ, ਕੰਮ ਕੀ ਜਮੂਰ ਦਾ ਜੇ ਮੇਖ ਹੀ ਨਾ ਪੱਟੀ, ਕੰਮ ਕੀ ਜਮੂਰ ਦਾ ਜੇ ਮੇਖ ਹੀ ਨਾ ਪੱਟੀ। ਕਿਆ ਬਾਤ ਆ, ਜਗਸੇਵ ਵੈਬ ਟੀਵੀ ਦੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪ੍ਰਦੀਪ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਆਮਦੀ। ਸੋ ਦੋਸਤੋ, ਅੱਜ ਅਸੀਂ ਇਤਿਹਾਸਕ ਧਰਤੀ ਜਿੱਥੇ ਤਿੰਨ ਪਾਤਸ਼ਾਹੀਆਂ, ਤਿੰਨ ਗੁਰੂ ਸਾਹਿਬਾਨ ਦੇ ਚਰਨ ਪਾਏ ਗਏ ਹੈ, ਮੋਗਾ ਜ਼ਿਲ੍ਹੇ ਦੀ ਇਹ ਪਾਕ ਪਵਿੱਤਰ ਧਰਤੀ ਤਖਤਪੁਰਾ ਸਾਹਿਬ ਇਸ ਧਰਤੀ ਦੇ ਉੱਤੇ ਮੌਜੂਦ ਹੈ। ਅਤੇ ਤਖਤਪੁਰਾ ਨਗਰ ਦੀ ਸ਼ਾਨ ਜੇ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਇਸ ਨਗਰ ਦੀ ਆਨ ਬਾਨ ਤੇ ਸ਼ਾਨ। ਅਮਰ ਇਕਬਾਲ ਸਮਾਜਿਕ ਸਾਫ ਸੁਥਰੀ ਗਾਇਕੀ ਦੇ ਥੰਮ ਔਰ ਆਪਣੇ ਯੁੱਗ ਦੇ ਇੱਕ ਹਿੱਟ ਕਲਾਕਾਰ। ਦੁਗਾਣਾ ਗਾਇਕੀ ਨੂੰ ਜੇਕਰ ਗੱਲ ਕੀਤੀ ਜਾਵੇ, ਦੀਦਾਰ ਸੰਧੂ, ਮੁਹੰਮਦ ਸਦੀਕ, ਰਣਜੀਤ ਕੌਰ ਤੋਂ ਬਾਅਦ ਇੱਕ ਜਿਹੜੀ ਖੜੋਤ ਦੁਗਾਣਾ ਗਾਇਕੀ ਦੇ ਵਿੱਚ ਆਈ ਸੀ, ਉਸ ਖੜੋਤ ਨੂੰ ਦੂਰ ਕਰਨ ਵਾਲੇ ਅਮਰ ਇਕਬਾਲ। ਅਮਰ ਇਕਬਾਲ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਜਗਤ ਸੇਵਕ ਵੈਬ ਟੀਵੀ ਦੇ ਉੱਪਰ ਅਮਰ ਇਕਬਾਲ ਦਾ ਆਪਾਂ ਸਵਾਗਤ ਕਰਦੇ ਹਾਂ। ਇਕਬਾਲ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਸਮਾਂ ਦੇਣ ਲਈ। ਸੋ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣੇ ਪਰਿਵਾਰ ਬਾਰੇ, ਆਪਣੇ ਬਾਰੇ ਥੋੜ੍ਹਾ ਜਿਹਾ ਜਿਹੜੀ ਜਾਣਕਾਰੀ ਦਿਓ। ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ? ਜਿੰਨੇ ਵੀ ਇਸ ਚੈਨਲ ਨੂੰ ਦੇਖ ਰਹੇ ਨੇ, ਮੇਰੇ ਵੱਲੋਂ ਅਮਰ ਇਕਬਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਨੇਡਾ, ਅਮੈਰੀਕਾ, ਦੁਬਈ, ਦੋਹਾ, ਕਤਰ ਜਿੰਨੇ ਵੀ ਸੱਜਣ ਮਿੱਤਰ ਵੱਸਦੇ ਨੇ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਜੇ ਮੇਰੇ ਪਰਿਵਾਰ ਦੀ ਗੱਲ ਕਰਦੇ ਢਿੱਲੋਂ ਸਾਹਿਬ, ਤਾਂ ਮੇਰੇ ਪਰਿਵਾਰ ਦੇ ਵਿੱਚ ਮੇਰਾ ਇੱਕ ਬੇਟਾ ਅਤੇ ਦੋ ਬੇਟੀਆਂ, ਮੇਰੀ ਘਰਵਾਲੀ ਹਰਪ੍ਰੀਤ ਕੌਰ, ਬੇਟਾ ਹੁਸੈਨ ਅਲੀ, ਉਸ ਤੋਂ ਛੋਟੀ ਕੁੜੀ ਅਮਨਦੀਪ ਕੌਰ, ਉਸ ਤੋਂ ਛੋਟੀ ਕੁੜੀ ਸ਼ਹਿਨਾਜ਼, ਜੋ ਕਿ ਬਹੁਤ ਵਧੀਆ ਮੇਰਾ ਪਰਿਵਾਰ ਹੈ। ਅਕਸਰ ਜਦੋਂ ਇਸ ਲਾਈਨ ਦੇ ਵਿੱਚ ਇਕਬਾਲ ਜੀ, ਜਦੋਂ ਤੁਸੀਂ ਗਾਇਕੀ ਦੇ ਵਿੱਚ ਜਾਂਦੇ ਆ ਤਾਂ ਅਕਸਰ ਤੁਹਾਡਾ ਬਾਹਰ ਵੀ ਜਾਣਾ ਆਉਣਾ, ਪ੍ਰੋਗਰਾਮਾਂ ਦੇ ਉੱਪਰ ਅਕਸਰ ਲੇਟ ਜਾਣਾ, ਇੱਕ ਪਰਿਵਾਰ ਦਾ ਜਿਹੜਾ ਬੈਲੈਂਸ ਹੁੰਦਾ ਕਾਫੀ ਡਗਮਗਾ ਜਾਂਦਾ, ਕਾਫੀ ਕੁਛ ਹੈ ਜਿਹੜਾ ਸਾਡਾ ਸਾਨੂੰ ਪਰਿਵਾਰ ਦੇ ਵਿੱਚ ਉਹਨੂੰ ਸਾਂਭਣਾ ਪੈਂਦਾ। ਤੁਹਾਨੂੰ ਕੋਈ ਪਰਿਵਾਰ ਵੱਲੋਂ ਕਿਹੋ ਜਿਹੀ ਸਪੋਰਟ, ਤੁਹਾਡੀ ਇਸ ਗਾਇਕੀ ਦੇ ਸਫ਼ਰ ਦੇ ਵਿੱਚ ਪਰਿਵਾਰ ਵੱਲੋਂ ਕਿਹੋ ਜਿਹੀ ਸਪੋਰਟ? ਨਹੀਂ ਢਿੱਲੋਂ ਸਾਹਿਬ, ਮੈਨੂੰ ਪਰਿਵਾਰ ਵੱਲੋਂ ਕੋਈ ਇੱਦਾਂ ਦੀ ਦਿੱਕਤ ਨਹੀਂ ਆਈ ਵੀ ਜਾਂ ਮੈਂ ਗਾਉਣ ਜਾਂਦਾ ਜਾਂ ਮੈਂ ਲੇਟ ਆਉਂਦਾ ਜਾਂ ਕਿੱਥੇ ਪ੍ਰੋਗਰਾਮ ਆ ਜਾਂ ਕਿਵੇਂ ਤੁਸੀਂ ਜਾਂਦੇ ਆ, ਮੈਨੂੰ ਕਦੇ ਵੀ ਮੇਰੇ ਪਰਿਵਾਰ ਨੇ ਅੱਜ ਤੱਕ ਕਦੇ ਪੁੱਛਿਆ ਨਹੀਂ, ਅਤੇ ਨਾ ਹੀ ਕਦੇ ਮੈਂ ਉਹਨਾਂ ਨਾਲੇ ਬੇਇਨਸਾਫੀ ਕੀਤੀ ਆ ਕਿ ਮੈਂ ਕਹਿ ਕੇ ਪ੍ਰੋਗਰਾਮ 'ਤੇ ਕਿਤੇ ਹੋਰ ਤੁਰਿਆ ਫਿਰਦਾ ਹੋਵਾਂ। ਪ੍ਰੋਗਰਾਮ 'ਤੇ ਗਿਆ ਤਾਂ ਪ੍ਰੋਗਰਾਮ 'ਤੇ ਗਿਆ, ਪਤਾ ਹੁੰਦਾ ਵੀ ਹਾਂ ਅੱਜ ਕੰਮ ਕਰਨ ਗਏ ਅਤੇ ਜਾਂਦੇ ਆ। ਮੈਨੂੰ ਆਪਦੇ ਪਰਿਵਾਰ ਵੱਲੋਂ ਬਹੁਤ ਫੁੱਲ ਸਪੋਰਟ ਮਿਲੀ। ਅਕਸਰ ਇੱਕ ਆਰਟਿਸਟ ਦੇ ਕਾਮਯਾਬ ਹੋਣ ਲਈ ਉਸ ਦੇ ਪਰਿਵਾਰ ਦਾ ਜਿਹੜਾ ਸਪੋਰਟ ਹੈ, ਪਰਿਵਾਰ ਦਾ ਸਹਿਯੋਗ ਹੈ, ਬਹੁਤ ਜ਼ਰੂਰੀ ਹੁੰਦਾ। ਹਾਂਜੀ, ਔਰ ਚਾਹੀਦਾ ਵੀ ਹੈ।
ਔਰ ਅਸੀਂ ਦੇਖਦੇ ਵੀ ਹਾਂ ਕਿ ਤੁਹਾਡੇ ਪਰਿਵਾਰ ਦਾ ਬਹੁਤ ਜ਼ਿਆਦਾ ਤੁਹਾਨੂੰ ਸਪੋਰਟ ਰਹੀ ਹੈ। ਇਕਬਾਲ ਜੀ, ਆਪਣਾ ਜਿਹੜਾ ਗਾਇਕੀ ਦਾ ਸਫ਼ਰ ਜਿਹੜਾ ਸ਼ੁਰੂ ਹੋਣ ਤੋਂ ਲੈ ਕੇ ਜੇ ਅੱਜ ਤੱਕ ਇੱਕ ਝਾਤ ਮਾਰੀਏ ਤਾਂ ਕਿੰਨੇ ਵਰੇ ਤੁਹਾਨੂੰ ਹੋ ਗਏ ਨੇ ਇਸ ਸਫ਼ਰ ਦੇ ਵਿੱਚ ਆਏ? ਢਿੱਲੋਂ ਸਾਹਿਬ, ਮੈਨੂੰ ਗਾਉਂਦਾ ਤਾਂ ਮੈਂ ਬਚਪਨ ਤੋਂ ਹੀ ਹਾਂ। ਸਕੂਲ ਦੀਆਂ ਬਾਲ ਸਭਾਵਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਉਦੋਂ ਡਰਾਮੇ ਹੁੰਦੇ ਸੀ, ਉਹਨਾਂ ਦੇ ਵਿੱਚ ਗਾਉਂਦਿਆਂ ਨੂੰ ਜਿਹੜੀ ਗਾਇਕੀ ਲਾਈਨ ਦੇ ਵਿੱਚ ਹੋਇਆ, ਮੈਨੂੰ ਘੱਟੋ ਘੱਟ 15-20 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਨਾਲ ਜੁੜੇ ਹੋਏ ਨੂੰ। ਕਾਫੀ ਟਾਈਮ ਤੋਂ ਮੈਂ ਇਸ ਲਾਈਨ ਦੇ ਨਾਲ ਜੁੜੇ ਹੋਏ। ਤੇ ਉਹ ਪਹਿਲਾਂ ਕਿਹੜਾ ਉਹ ਗੀਤ ਸੀ ਪਹਿਲਾਂ ਜਿਸ ਦੇ ਨਾਲ ਤੁਸੀਂ ਇਸ ਲਾਈਨ ਦੇ ਵਿੱਚ ਹਾਜ਼ਰੀ ਲਵਾਈ ਔਰ ਦਰਸ਼ਕਾਂ ਨੂੰ ਪਤਾ ਲੱਗਿਆ ਕਿ ਇਹ ਅਮਰ ਇਕਬਾਲ? ਮੈਂ ਬੜਾ ਕਿਸਮਤ ਵਾਲਾ ਜੀ, ਮੈਂ ਪਹਿਲਾ ਗਾਣਾ ਹੀ ਵੀਰ ਗੁਰਨਾਮ ਗਾਮੀ ਨੇ ਲਿਖਿਆ ਸੀ ਮੇਰੇ ਲਈ, ਸ਼ਾਇਦ ਉਹਨਾਂ ਦਾ ਪਹਿਲਾ ਹੀ ਗਾਣਾ ਹੋ ਸਕਦਾ ਹੈ। ਅਤੇ 12 ਬੰਦਾ ਖੇਤ ਬੀਬੀ ਜੀ ਤੇਰਾ ਬੰਦਾ, ਮੈਂ ਉਸ ਗਾਣੇ ਦੇ ਨਾਲ ਲੋਕਾਂ ਨੇ ਮੈਨੂੰ ਬੜਾ ਪਿਆਰ ਦਿੱਤਾ ਔਰ ਮੈਂ ਹਿੱਟ ਹੋਇਆ। ਗੁਰਨਾਮ ਗਾਮੇ ਦਾ ਵੀ ਸ਼ਾਇਦ ਇਹ ਪਹਿਲਾ ਦੁਗਾਣਾ ਹੀ ਸੀ, ਔਰ ਸਾਡਾ ਮਿਊਜ਼ਿਕ ਡਾਇਰੈਕਟਰ ਸੀ ਲਾਲ ਕਮਲ ਜੀ, ਉਹਨਾਂ ਦੀ ਇਹ ਪਹਿਲੀ ਟੇਪ ਸੀਗੀ ਡਿਊਟ, ਅਤੇ ਇਸ ਗਾਣੇ ਨੂੰ ਬੜਾ ਪਿਆਰ ਦਿੱਤਾ। ਦੇਖੋ ਕਿੰਨਾ ਕੁਛ ਪਹਿਲਾਂ ਸੀ, ਹੈ ਨਾ, ਡੈਬਿਊ ਆਪਾਂ ਕਹਿ ਦਈਏ, ਕਿੰਨਾ ਕੁਛ ਪਹਿਲਾਂ ਪਹਿਲੀ ਵਾਰ ਹੋ ਰਿਹਾ ਸੀਗਾ ਜੇ ਲਾਲ ਕਮਲ ਜੀ ਦੀ ਵੀ ਉਹ ਇੱਕ ਡੈਬਿਊ ਸੀ ਦੁਗਾਣਾ ਜੇ ਗਾਣੇ ਦੀ ਕੀਤੀ ਜਾਵੇ, ਉਸ ਦੇ ਨਾਲ ਗੁਰਨਾਮ ਗਾਮਾ ਜੀ ਦਾ ਇਹ ਪਹਿਲਾ ਦੁਗਾਣਾ ਸੀ, ਉਸ ਤੋਂ ਬਾਅਦ ਤੁਹਾਡਾ ਵੀ ਇਸ ਗਾਇਕੀ ਸਫ਼ਰ ਦੇ ਵਿੱਚ ਪਹਿਲਾ ਹੀ ਗੀਤ ਸੀ। ਹਾਂਜੀ, ਔਰ ਪਹਿਲਾ ਗੀਤ ਅਤੇ ਪਹਿਲਾ ਹੀ ਐਡਾ ਵੱਡਾ ਹਿੱਟ, ਔਰ ਪਹਿਲਾ ਗੀਤ ਹੀ ਵਿਵਾਦਾਂ ਦੇ ਵਿੱਚ ਘਿਰ ਜਾਣਾ, ਕੁਛ ਵਿਵਾਦ ਇਸ ਗੀਤ ਦੇ ਨਾਲ ਵੀ ਜੁੜੇ ਸੀ, ਕੀ ਉਹ ਵਿਵਾਦ ਸੀ? ਅਸਲ ਵਿੱਚ ਜੀ, ਉਸ ਟਾਈਮ ਦੀ ਗਾਇਕੀ ਅਤੇ ਹੁਣ ਦੀ ਗਾਇਕੀ ਦਾ ਬੜਾ ਫਰਕ ਆ। ਹੁਣ ਤੁਸੀਂ ਸੁਖਪਾਲ ਜੀ, ਪਹਿਲਾ ਗੀਤ ਅਤੇ ਲਾਲ ਕਮਲ ਜੀ ਦਾ ਵੀ ਪਹਿਲਾ ਗੀਤ, ਗੁਰਨਾਮ ਗਾਮਾ ਜੀ ਦਾ ਵੀ ਡਿਊਟ ਪਹਿਲਾ ਗੀਤ, ਔਰ ਪਹਿਲੇ ਗੀਤ ਦੇ ਵਿੱਚ ਹੀ ਵਿਵਾਦ, ਕਿਹੜਾ ਉਹ ਵਿਵਾਦ ਸੀ ਜਿਹੜਾ ਇਸ ਗੀਤ ਦੇ ਨਾਲ ਜੁੜਿਆ? ਅਸਲ ਵਿੱਚ ਢਿੱਲੋਂ ਸਾਹਿਬ, ਇਹ ਗਾਣੇ ਦੀ ਉਦੋਂ ਦੀ ਗਾਇਕੀ ਦਾ ਅਤੇ ਹੁਣ ਦੀ ਗਾਇਕੀ ਦਾ ਬਹੁਤ ਫਰਕ ਆ। ਉਦੋਂ ਲੋਕਾਂ ਨੂੰ ਇਹ ਲੱਗਿਆ ਵੀ ਅਮਰ ਕੁਆਲ ਨੇ ਜਿਹੜਾ ਇਹ ਗਾਣਾ ਗਾਇਆ ਵੀ ਕਿਸੇ ਕਿਸਾਨ ਦੇ ਖਿਲਾਫ਼ ਬੋਲਿਆ, ਇਹ ਜ਼ਿਮੀਂਦਾਰ ਭਰਾ ਦੇ ਗਲਤ ਬੋਲਿਆ, ਵੀ ਇਹ ਉਹਦੇ ਪਰਿਵਾਰ ਲਈ ਗਲਤ ਬੋਲਿਆ। ਤਾਂ ਭਾਰਤੀ ਕਿਸਾਨ ਯੂਨੀਅਨ ਨੇ ਮੇਰੇ ਵਾਸਤੇ ਧਰਨੇ ਦਿੱਤੇ ਗਏ, ਮੇਰੇ ਪੂਤਲੇ ਸਾੜੇ ਗਏ, ਔਰ ਮੈਂ ਡਰ ਗਿਆ। ਔਰ ਮੈਂ ਪਹਿਲਾ ਬੰਦਾ ਹੋਊਂਗਾ ਜਿਹੜਾ ਕਿ ਮੈਂ ਕੰਪਨੀ ਨੂੰ ਇਹ ਗੱਲ ਕਹੀ ਹੈ ਜੀ ਮੇਰੀ ਐਡ ਬੰਦ ਕਰ ਦਿਉ। ਉਸ ਟਾਈਮ ਦੇ ਵਿੱਚ ਐਡ ਚੱਲਦੀ ਹੁੰਦੀ ਸੀ ਜਲੰਧਰ ਦੂਰਦਰਸ਼ਨ 'ਤੇ, ਅਤੇ 7:30 ਦੀਆਂ ਜਦੋਂ ਖਬਰਾਂ ਆਉਂਦੀਆਂ ਸੀ, ਉਦੋਂ ਢਿੱਲੋਂ ਸਾਹਿਬ ਇੱਕ ਵਾਰੀ ਖਬਰਾਂ ਆਉਂਦੀਆਂ ਹੁੰਦੀਆਂ ਸੀ, ਉਹਦੇ ਵਿਚਾਲੇ ਕੱਟ ਕੇ ਜਿਹੜਾ ਬ੍ਰੇਕ ਦਾ ਟਾਈਮ ਹੁੰਦਾ ਸੀ ਉਦੋਂ ਐਡ ਆਉਂਦੀ ਸੀ, ਚੱਲਦੀ ਸੀ। ਔਰ ਅਸੀਂ ਖੁਦ, ਮੈਂ ਇਸ ਚੀਜ਼ ਦਾ ਗਵਾਹ ਹਾਂ ਕਿਉਂਕਿ ਮੈਂ ਖੁਦ ਉਹ ਬੜੀ ਐਡ ਦੇਖੀ ਆ। ਰਮਨ ਕੁਮਾਰ ਸਾਡੇ ਨਿਊਜ਼ ਰੀਡਰ ਸੀਗੇ ਦੂਰਦਰਸ਼ਨ ਦੇ, ਔਰ ਅਕਸਰ ਉਹ ਜਦੋਂ ਖਬਰ ਦਿੰਦੇ ਸੀ ਵਿੱਚੋਂ ਬ੍ਰੇਕ ਦੇ ਵਿੱਚ, ਅਤੇ ਅਮਰ ਇਕਬਾਲ ਦਾ ਉਹ ਗੀਤ ਜਿਹੜਾ ਚੱਲਦਾ ਸੀ ਜਿਹੜਾ ਕਿ ਇੰਨਾ ਮਕਬੂਲ ਹੋਇਆ ਕਿ ਸਾਡੇ ਘਰਾਂ ਦੇ ਵਿੱਚ ਸਾਡੀਆਂ ਔਰਤਾਂ ਬੀਬੀਆਂ, ਮਤਲਬ ਉਹਨਾਂ ਨੇ ਬੜਾ ਪਸੰਦ ਕੀਤਾ। ਹਾਂਜੀ ਹਾਂਜੀ। ਪਰ ਕਹਿੰਦੇ ਹੁੰਦੇ ਆ ਜਦੋਂ ਕਿਸੇ ਗੀਤ ਦੇ ਨਾਲ, ਕਿਸੇ ਫਿਲਮ ਦੇ ਨਾਲ ਜਦੋਂ ਕੋਈ ਵਿਵਾਦ ਜੁੜ ਜਾਂਦਾ ਤਾਂ ਉਹ ਵਿਵਾਦ ਉਸਨੂੰ ਇੱਕ ਪਬਲਿਸਿਟੀ ਵੀ ਮਿਲ ਜਾਂਦੀ ਹੈ, ਉਸਨੂੰ ਇੱਕ ਹੁਲਾਰਾ ਵੀ ਦੇ ਜਾਂਦਾ। ਇਹ ਮੇਰੇ ਖਿਆਲ ਇਸ ਗੀਤ ਦੇ ਨਾਲ ਵੀ ਬੜਾ ਮਕਬੂਲ ਗੀਤ। ਹਾਂਜੀ ਅਮਰ ਇਕਬਾਲ ਜੀ, ਤੁਸੀਂ ਅਕਸਰ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਤੁਹਾਡੇ ਗੀਤਾਂ ਨੂੰ ਪਰਿਵਾਰਾਂ ਦੇ ਵਿੱਚ ਬੜਾ ਸੁਣਿਆ ਗਿਆ, ਪਰਿਵਾਰਕ ਗੀਤ, ਉਸ ਟਾਈਮ ਦੂਰਦਰਸ਼ਨ ਦੇ ਉੱਪਰ ਪ੍ਰੋਗਰਾਮ ਚੱਲਦਾ ਸੀ ਲਿਸ਼ਕਾਰਾ, ਔਰ ਬੜਾ ਉਹ ਤੁਹਾਡੇ ਗੀਤ ਅਕਸਰ ਸੁਣੇ ਜਾਂਦੇ ਸੀ ਉੱਥੇ, ਔਰ ਸਮਾਜਿਕ ਗੀਤ ਹੁੰਦੇ ਸੀ ਅਸੀਂ ਇਹ ਕਹਿ ਸਕਦੇ ਹਾਂ। ਪਰ ਜੇ ਉਸ ਲੈਵਲ ਦੀ ਗੀਤਕਾਰੀ, ਹਾਂਜੀ, ਅਤੇ ਅੱਜ ਦੀ ਜੇ ਗੀਤਕਾਰੀ ਦੀ ਆਪਾਂ ਗੱਲ ਕਰੀਏ ਤਾਂ ਤੁਸੀਂ ਕੀ ਫਰਕ ਮਹਿਸੂਸ ਕਰਦੇ ਹਾਂ? ਕੀ ਤੁਹਾਨੂੰ ਲੱਗਦਾ ਕਿ ਅੱਜ ਦੀ ਗੀਤਕਾਰੀ ਹੈ ਜਿਹੜੀ
ਦਿਨੋਂ ਦਿਨ ਜੇ ਮਿਆਰ ਡਿੱਗਦਾ ਜਾ ਰਿਹਾ, ਕਿਹਨੂੰ ਜ਼ਿੰਮੇਵਾਰ? ਚਲੋ ਸਾਹਿਬ, ਮੈਂ ਤਾਂ ਇਹੀ ਗੱਲ ਕਹੂੰਗਾ ਵੀ ਲਿਖਣ ਵਾਲਿਆਂ ਨੇ ਲਿਖਤਾ, ਗਾਉਣ ਵਾਲੇ ਨੇ ਗਾਤਾ, ਪਰ ਸਾਡਾ ਸੈਂਸਰ ਆ ਸਾਡੀ ਦੁਨੀਆ। ਜੇ ਅੱਜ ਗੀਤ ਚੱਲੀ ਜਾਂਦਾ ਗਾ ਵੀ ਚਿੱਟਾ ਨਹੀਂ ਮਿਲਦਾ ਮੈਨੂੰ ਤੇ ਜੱਟ ਲੁਧਿਆਣੇ ਡੀਕਦਾ, ਜਾਂ ਪਾਣੀ ਚ ਨਾ ਮਲ ਮਲ ਨਹਾਇਆ ਕਰਨੀ ਪਾਣੀ ਦੀ ਦਾਰੂ ਬਣ ਜੂ, ਮਿੱਤਰਾਂ ਦੀ ਅੱਖ ਵੇਲੋ ਲਾਲ ਆ ਕੋਈ ਬੰਦਾ ਬੁੰਦਾ ਮਾਰਨਾ। ਪੰਜਾਬੀ ਦੁਗਾਣਾ ਜੋੜੀਆਂ ਦੇ ਵਿੱਚੋਂ ਬਹੁਤ ਗਿਣਤੀ ਦੀਆਂ ਉਹ ਜੋੜੀਆਂ ਜਿਹੜੀਆਂ ਨਵੇਂ ਦੌਰ ਦੀਆਂ ਜੋੜੀਆਂ, ਮੁਹੰਮਦ ਸਦੀਕ ਆ ਇੱਕ ਦੌਰ ਸੀਗਾ ਉਹਨਾਂ ਦਾ, ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਜਿੱਦਾਂ ਬਲਕਾਰ ਅਣਖੀਲਾ, ਅਤੇ ਉਸ ਤੋਂ ਬਾਅਦ ਜੇ ਨਾਮ ਆਉਂਦਾ ਸੀ ਤਾਂ ਉਮਰ ਇਕਬਾਲ ਅਤੇ ਜੀਤ। ਹਾਂਜੀ ਹਾਂਜੀ, ਕੋਈ ਸ਼ੱਕ ਨਹੀਂ। ਅਜਿਹੇ ਕੀ ਕਾਰਨ ਬਣੇ ਕਿ ਜਿਹੜਾ ਇਹ ਜੋੜੀ ਨੂੰ ਅਲੱਗ ਹੋਣਾ ਪੈ ਗਿਆ, ਜਾਂ ਇਹ ਜੋੜੀ ਦੇ ਅਲੱਗ ਹੋਣਾ ਹੀ ਇੱਕ ਕਾਰਨ ਬਣਿਆ ਕਿ ਜਿਹੜਾ ਅਮਰ ਇਕਬਾਲ ਕੁਝ ਸਮਾਂ ਸ਼ਾਂਤ ਹੋਏ? ਨਹੀਂ, ਕੁਛ ਇਹ ਵੀ ਕਾਰਨ ਤੁਸੀਂ ਕਹਿ ਸਕਦੇ ਆ ਬਈ ਜੋੜੀ ਟੁੱਟਣ ਤੋਂ ਬਾਅਦ, ਕਿਉਂਕਿ ਦਗਾਣਾ ਜੋੜੀ ਆ ਜਿਹੜੀ ਬਹੁਤ ਮੁਸ਼ਕਲ ਨਾਲ ਬਣਦੀ ਹੈ, ਔਰ ਦਗਾਣੇ ਹਰੇਕ ਕੁੜੀ ਦੇ ਨਾਲ ਜਾਂ ਕਿਸੇ ਨੂੰ ਪ੍ਰੋਗਰਾਮ 'ਤੇ ਡੇਲੀ ਉਹਨੂੰ ਲੈ ਜਾ ਉਹਨੂੰ ਲੈ ਜਾ ਉਹਦੇ ਨਾਲ ਗਾਏ ਨਹੀਂ ਜਾਂਦੇ, ਇੱਕ ਪੱਕਾ ਹੀ ਸੈੱਟ ਬਣਦਾ ਗਾ ਫਿਰ ਹੀ ਗਾਇਆ ਜਾਂਦਾ, ਕਿਉਂਕਿ ਗਾਣੇ ਦੇ ਵਿੱਚ ਕਦੇ ਸਾਲੀ ਬਣਨਾ ਹੁੰਦਾ, ਕਦੇ ਭਰਜਾਈ ਬਣਨਾ ਹੁੰਦਾ, ਕਦੇ ਘਰ ਵਾਲੀ ਬਣਨਾ ਹੁੰਦਾ, ਉਹ ਜਿਹੜੇ ਨਖਰੇ ਆ ਉਹ ਦਾਵਾਂਗੀਆਂ ਉਹ ਇੱਕ ਕੁੜੀ ਦੇ ਨਾਲ ਹੀ ਬਣ ਸਕਦੀਆਂ, ਅਤੇ ਉਹਨਾਂ ਨੂੰ ਕਿਸੇ ਘਰ ਦੀ ਮਜਬੂਰੀ ਦੇ ਕਾਰਨ ਜਾਂ ਕੋਈ ਉਹੋ ਜਿਹੇ ਹਾਲਾਤ ਉੱਦਾਂ ਦੇ ਪੈਦਾ ਹੋਏ ਵੀ ਸੈੱਟ ਟੁੱਟ ਗਿਆ। ਸੈੱਟ ਟੁੱਟਣ ਤੋਂ ਬਾਅਦ ਕਾਫੀ ਟਾਈਮ ਤਾਂ ਮੈਨੂੰ ਮੇਰਾ ਦਿਲ ਵੀ ਨਹੀਂ ਕਰਿਆ ਗਾਉਣ, ਅਤੇ ਕੁਛ ਇਹੋ ਜਿਹੇ ਗੀਤਾਂ ਦਾ ਮਾਹੌਲ ਆ ਗਿਆ, ਪਰ ਅੱਜ ਕੱਲ੍ਹ ਮੇਰੇ ਨਾਲ ਕੁੜੀ ਦੀਪ ਸ਼ਹਿਨਾਜ਼ ਆ ਰਹੀ ਆ, ਬਹੁਤ ਅੱਛਾ ਗਾਉਂਦੀ, ਬੜੀ ਪਿਆਰੀ ਆਵਾਜ਼ ਹੈ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜੀਤੂ ਤੋਂ ਬਾਅਦ ਜਿਸ ਸਹਿਗਾਇਕਾਂ ਦੇ ਦਾਲ ਅੱਜ ਕੱਲ੍ਹ ਅਖਾੜਿਆਂ ਦੀ ਸ਼ਾਨ ਵਧਾ ਰਹੇ ਨੇ, ਅਮਰ ਇਕਬਾਲ ਔਰ ਦੀਪ ਸ਼ਹਿਨਾਜ਼, ਬੜਾ ਪਿਆਰਾ ਉਹਨਾਂ ਦੀ ਆਵਾਜ਼ ਬੜੀ ਪਿਆਰੀ ਹੈ, ਔਰ ਇਹਨਾਂ ਦੀ ਜਿਹੜੀ ਆਪਸ 'ਚ ਕੈਮਿਸਟਰੀ ਹੈ ਮੇਰੇ ਖਿਆਲ ਜੀਤੂ ਵਾਂਗੂ ਹੈ। ਸੋ ਅਸੀਂ ਜਗਤ ਸੇਵਕ ਵੱਲੋਂ ਤੁਹਾਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਤੁਹਾਡਾ ਜਿਹੜਾ ਆਉਣ ਵਾਲਾ ਜਿਹੜੀ ਦੂਜੀ ਪਾਰੀ ਹੈ ਤੁਹਾਡੀ ਇਹ ਹਿੱਟ ਹਿੱਟ ਨਹੀਂ ਸੁਪਰ ਹਿੱਟ ਹੋਵੇ, ਔਰ ਅੱਜ ਦਾ ਦੌਰ ਵੀ ਕਿਉਂਕਿ ਤੁਸੀਂ ਉਸ ਸਮੇਂ ਦੇ ਵਿੱਚ ਗਾਇਆ ਜਦੋਂ ਸੋਸ਼ਲ ਮੀਡੀਆ ਹੈ ਨਹੀਂ ਸੀ, ਯੂਟਿਊਬ ਫੇਸਬੁੱਕ ਨਹੀਂ ਸੀ, ਕਿਉਂਕਿ ਜੇ ਉਸ ਟਾਈਮ 'ਤੇ ਹੁੰਦਾ ਤਾਂ ਮੇਰੇ ਖਿਆਲ ਪਤਾ ਨਹੀਂ ਅੱਜ ਤੁਸੀਂ ਕਿੱਥੋਂ ਤੱਕ ਪਹੁੰਚਦੇ। ਅਤੇ ਸੋ ਅੱਜ ਤੁਸੀਂ ਉਸ ਜਿਹੜਾ ਸੋਸ਼ਲ ਮੀਡੀਆ ਦਾ ਵੀ ਫਾਇਦਾ ਲੈ ਸਕਦੇ ਹੋ ਅੱਜ ਤੁਸੀਂ ਉਸ ਯੁੱਗ ਦੇ ਵਿੱਚ। ਸੋ ਅਮਰ ਇਕਬਾਲ ਜੀ, ਤੁਸੀਂ ਜਗਤ ਸੇਵਕ ਨੂੰ ਜਿਹੜਾ ਸਮਾਂ ਦਿੱਤਾ, ਆਪਣਾ ਕੀਮਤੀ ਸਮਾਂ ਕੱਢਿਆ ਔਰ ਸਾਨੂੰ ਜਿਹੜਾ ਅੱਜ ਇੱਥੇ ਬੁਲਾਇਆ, ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਵੀ ਆਪਣੇ ਸਾਡੇ ਦਰਸ਼ਕਾਂ ਦੇ ਜਗਤ ਸੇਵਕ ਪ੍ਰੋਗਰਾਮ ਵਾਲਿਆਂ ਦਾ, ਤੁਹਾਡਾ ਢਿੱਲੋਂ ਸਾਹਿਬ ਕੈਮਰਾਮੈਨ ਦਾ, ਜਾਂ ਤੁਹਾਡੀ ਸਾਰੀ ਟੀਮ ਦਾ ਮੈਂ ਅਚੇਚੇ ਤੌਰ 'ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਲਈ ਵਕਤ ਕੱਢਿਆ ਤੁਸੀਂ, ਔਰ ਮੈਂ ਸਦਾ ਰਿਣੀ ਰਹੂੰਗਾ, ਔਰ ਬਹੁਤ ਬਹੁਤ ਹੀ ਮੈਂ ਆਪਣੇ ਵੱਲੋਂ ਆਪਣੇ ਪਿੰਡ ਵੱਲੋਂ ਤੁਹਾਡਾ ਸਾਰਿਆਂ ਦਾ ਤਹਿ ਦਿਲ ਨੂੰ ਧੰਨਵਾਦ ਕਰਦਾ। ਸੋ ਦਰਸ਼ਕੋ, ਇਹ ਸੀ ਅਮਰ ਇਕਬਾਲ ਜੀ, ਦੁਗਾਣਾ ਗਾਇਕੀ ਦੇ ਇੱਕ ਉਹ ਥੰਮ ਜਿਨ੍ਹਾਂ ਨੇ ਜਿਹੜਾ ਦਿਦਾਰ ਸੰਧੂ, ਮੁਹੰਮਦ ਸਦੀਕ ਵਰਗਿਆਂ ਤੋਂ ਅੱਗੇ ਜਿਹੜਾ ਦੁਗਾਣਾ ਜੋੜੀ ਨੂੰ ਲੈ ਕੇ ਗਾਇਕੀ ਨੂੰ ਲੈ ਕੇ ਆਏ ਗਏ, ਅਤੇ ਉਸ ਤੋਂ ਬਾਅਦ ਅੱਜ ਜਿਹੜਾ ਹਾਲੇ ਵੀ ਇਹ ਜਿਹੜਾ ਸਫ਼ਰ ਹੈ ਜਾਰੀ ਹੈ। ਸੋ ਅਸੀਂ ਇਹਨਾਂ ਦੇ ਸਫ਼ਰ ਲਈ ਇੱਕ ਵਾਰ ਫਿਰ ਸ਼ੁਭਕਾਮਨਾਵਾਂ ਦਿੰਦੇ ਹੋਏ, ਸੋ ਸਾਨੂੰ ਦੇਵੋ ਇਜਾਜ਼ਤ, ਫਿਰ ਮਿਲਾਂਗੇ ਇੱਕ ਨਵੇਂ ਕਲਾਕਾਰ, ਇੱਕ ਨਵੇਂ ਮਹਿਮਾਨ ਦੇ ਨਾਲ। ਤਦ ਤੱਕ ਲਈ ਪ੍ਰਦੀਪ ਢਿੱਲੋਂ ਨੂੰ ਦੇਵੋ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।